ਅਫਜਲ ਐਸਨ ਰੰਧਾਵਾ ਦੇ ਨਾਵਲ ਪੰਦ ਦਾ ਜ਼ਿਕਰ ਕਰਾਂਗੇ ਪੰਦ ਨਾਵਲ ਪਾਕਿਸਤਾਨੀ ਨਾਵਲਕਾਰ ਅਫਜਲ ਐਸਨ ਰੰਧਾਵਾ ਦਾ ਚੌਥਾ ਨਾਵਲ ਹੈ ਇਸ ਨਾਵਲ ਤੋਂ ਪਹਿਲਾਂ ਇਹਨਾਂ ਦੇ ਪੰਜਾਬੀ ਨਾਵਲ ਜਗਤ ਨੂੰ ਤਿੰਨ ਨਾਵਲ ਦੀਵਾ ਤੇ ਦਰਿਆ ਦੁਆਬਾ ਅਤੇ ਸੂਰਜ ਗ੍ਰਹਿਣ ਦੇ ਚੁੱਕਾ ਹੈ ਅਮ ਅਫਜਲ ਐਸਨ ਰੰਧਾਵਾ ਦੇ ਤਿੰਨ ਨਾਵਲ ਇਸ ਨਾਵਲ ਤੋਂ ਪਹਿਲਾਂ ਆ ਚੁੱਕੇ ਆ ਪੰਜਾਬੀ ਨਾਵਲ ਚੱਕਤ ਦੇ ਵਿੱਚ ਪਰੰਤੂ ਪੰਦ ਨਾਵਲ ਜਿਹੜਾ ਹੈ ਉਹ ਵਿਸ਼ੇ ਅਤੇ ਰੂਪ ਪੱਖੋਂ ਜਿਹੜੇ ਆਪਣੇ ਪੂਰਵਲੇ ਨਾਵਲ ਹੈ ਉਹਨਾਂ ਤੋਂ ਹਟ ਕੇ ਲਿਖਿਆ ਗਿਆ ਪਾਕਿਸਤਾਨੀ ਵਿਦਵਾਨ ਪੁੱਟਾ ਅਨਸਾਰ ਇਫਤਖਾਰ ਪੁੱਟਾ ਅਨਸਾਰ ਉਹਨਾਂ ਅਨੁਸਾਰ ਉਹ ਕਹਿੰਦੇ ਆ ਕਿ ਅਫਜਲ ਐਸਨ ਰੰਧਾਵਾ ਮਾਂ ਬੋਲੀ ਦੇ ਮਾਂ ਬੋਲੀ ਦਾ ਇਕ ਨਵੀਨ ਸੋਚ ਵਾਲਾ ਵੱਡਾ ਬੁੱਧੀਜੀਵੀ ਹੈ ਉਹ ਪੰਜਾਬੀ ਦੂਰਦਰਸ਼ੀ ਪਰੰਪਰਾਵਾਂ ਤੇ ਮਜ਼ਬੂਤ ਸੱਭਿਆਚਾਰ ਦੀ ਕਮਾਂਡ ਰੱਖਦਾ ਅਤੀਤ ਨੂੰ ਵਰਤਮਾਨ ਵਿੱਚ ਵਿਆਖਿਆ ਕਰਨ ਦੀ ਪ੍ਰਵਿਰਤੀ ਰੱਖਦਾ ਹੈ ਇਹ ਵਿਚਾਰ ਪਾਕਿਸਤਾਨੀ ਵਿਦਵਾਨ ਇਫਤਖਾਰ ਪੁੱਟਾ ਦੇ ਅਫਜਲ ਐਸ ਨੰਦਾਵਾਵਾਰੇ ਹਨ ਹੁਣ ਜੇਕਰ ਅਸੀਂ ਵਿਸ਼ਲੇਸ਼ਣਾਤਮਕ ਅਧਿਐਨ ਦੀ ਗੱਲ ਕਰੀਏ ਤਾਂ ਅਸੀਂ ਨਾਵਲ ਦੇ ਨੂੰ ਵਿਸ਼ਲੇਸ਼ਨਾਤਮਕ ਤੌਰ ਤੇ ਪਰਖਣ ਦੇ ਲਈ ਤਤਾਂ ਨੂੰ ਆਧਾਰ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਵਿਸ਼ਾ ਕੀ ਹੁੰਦਾ ਵਿਸ਼ਾ ਜਿਹੜਾ ਉਹ ਕਿਸੇ ਨਾਵਲ ਦੇ ਵਿੱਚ ਜਿਹੜੀ ਵਿਚਾਰਧਾਰਾ ਪ੍ਰਗਟਾਈ ਗਈ ਹੁੰਦੀ ਆ ਸਮੱਸਿਆ ਜਾਂ ਫਿਲਾਸਫੀ ਹੈ ਉਸ ਨਾਵਲ ਦੇ ਵਿੱਚ ਜਿਵੇਂ ਅਸੀਂ ਪੰਧ ਨਾਵਲ ਦੇ ਵਿੱਚ ਦੇਖਾਂਗੇ ਤਾਂ ਇਹ ਉਸ ਦਾ ਵਿਸ਼ਾ ਖਪਾਉਂਦਾ ਵਿਸ਼ੇ ਪੱਖ ਤੋਂ ਦੇਖੀਏ ਤਾਂ ਇਹ ਨਾਵਲ ਜਿਹੜਾ ਹੈ ਪੰਦ ਨਾਵਲ ਵਿੱਚ ਨਾਵਲਕਾਰ ਨੇ ਜਿਹੜਾ ਮੁੱਖ ਵਿਸ਼ਾ ਚੁਣਿਆ ਤੇ ਉਹਦੇ ਕੁਝ ਉਪ ਵਿਸ਼ੇ ਹੁੰਦੇ ਹਨ ਇਹ ਇਸ ਨਾਵਲ ਦਾ ਮੁੱਖ ਵਿਸ਼ਾ ਜਿਹੜਾ ਹੈ ਉਹ ਵਤਨ ਤੇ ਸੱਭਿਆਚਾਰ ਨਾਲ ਪਿਆਰ ਜਿਹੜਾ ਆਖਿਆ ਜਾ ਸਕਦਾ ਇਸ ਨਾਵਲ ਅਨੁਸਾਰ ਜਿਹੜੇ ਲੋਕ ਆਪਣੇ ਸੱਭਿਆਚਾਰ ਅਤੇ ਵਤਨ ਦੀ ਮਿੱਟੀ ਨਾਲ ਜੁੜੇ ਹੁੰਦੇ ਆ ਉਹ ਭਾਵੇਂ ਵਤਨ 'ਚ ਰਹਿੰਦੇ ਹੋਣ ਜਾਂ ਵਿਦੇਸ਼ਾਂ ਵਿੱਚ ਪਾਬ ਪਰਵਾਸੀ ਜੀਵਨ ਗੁਜ਼ਾਰਦੇ ਹੁਣ ਉਹਨਾਂ ਦੇ ਦਿਲਾਂ ਦੇ ਵਿੱਚ ਕੁਦਰਤੀ ਤੌਰ ਤੇ ਆਪਦੀ ਮਿੱਟੀ ਪ੍ਰਤੀ ਆਪਦੇ ਵਤਨ ਪ੍ਰਤੀ ਸਨੇਹ ਹੁੰਦਾ ਤੇ ਉਹ ਆਤਮਜੀਤ ਦੇ ਨਾਟਕ ਕੈਮਲੂਪਸ ਦੀਆਂ ਮੱਛੀਆਂ ਬਾਗ ਹਰ ਜਿਹੜਾ ਆਪਦੇ ਮਨ ਦੀ ਖੁਸ਼ੀ ਦੇ ਸਮੇਂ ਆਪਦੇ ਵਤਨ ਵਾਪਸੀ ਦੇ ਲਈ ਜਾਂ ਵਤਨ ਪ੍ਰਤੀ ਜਿਹੜਾ ਮੋਹ ਨੂੰ ਵਿਅਕਤ ਕਰਦੇ ਆ ਇਸ ਨਾਵਲ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਸਨੇਹ ਜਿਹੜਾ ਹੈ ਅਲੀ ਦੇ ਵਿੱਚ ਤੇ ਉਹਦੇ ਸਾਥੀਆਂ ਜਿਵੇਂ ਆਲੀਆ ਜਿਹੜੀ ਹੈਗੀ ਰਿਸੈਪਸ਼ਨਿਸਟ ਹੈਗੀ ਆ ਉਹਦੇ ਸੰਵਾਦਾਂ ਦੇ ਵਿੱਚ ਅਸੀਂ ਜਿਹੜਾ ਕੁਦਰਤੀ ਤੌਰ ਤੇ ਵੇਖ ਸਕਦੇ ਹਾਂ ਉਹਨਾਂ ਦੇ ਕਾਰਜਾਂ ਵਿੱਚ ਵੇਖ ਸਕਦੇ ਹਾਂ ਹੋਟਲ ਦੇ ਮਾਲਕ ਹਰਨਾਮ ਸਿੰਘ ਦੇ ਦਿਲ ਵਿੱਚ ਕਿਵੇਂ ਪੰਜਾਬੀ ਬੋਲੀ ਪ੍ਰਤੀ ਪੰਜਾਬੀ ਭਾਵਨਾ ਪ੍ਰਤੀ ਪਿਆਰ ਹੈ ਇਹ ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਤੇ ਇਸ ਚੀਜ਼ ਦਾ ਨਾਵਲ ਦੇ ਵਿਸ਼ੇ ਨੂੰ ਇਹਦੇ ਵਿੱਚੋਂ ਜਿਹੜਾ ਫੜ ਸਕਦੇ ਆ ਇਸ ਤੋਂ ਇਲਾਵਾ ਇਲਾਵਾ ਜਿਹੜਾ ਹੈ ਇਸ ਨਾਵਲ ਦੇ ਵਿੱਚ ਜਿਵੇਂ ਪੱਛਮੀ ਸੱਭਿਆਚਾਰ ਪ੍ਰਵਾਸੀਆਂ ਤੇ ਪੱਛਮੀ ਪ੍ਰਭਾਵ ਪੱਛਮ ਵਿੱਚ ਔਰਤਾਂ ਅਤੇ ਬਜ਼ੁਰਗਾਂ ਦੀ ਦਸ਼ਾ ਤੇ ਫਿਰ ਅਲੀ ਤੇ ਤਾਜ ਦਾ ਰਿਸ਼ਤਾ ਨਾਗਰਿਕਾਂ ਦਾ ਜਿਹੜਾ ਦੇਸ਼ ਸੁਧਾਰ ਦੇ ਲਈ ਸਮਾਜ ਦਾ ਦਿਲ ਕੀ ਫਰਜ਼ ਹੁੰਦਾ ਉਹ ਵਿਸ਼ਾ ਇਹ ਸਾਰੇ ਉਪ ਵਿਸ਼ੇ ਵੀ ਬੜੀ ਪ੍ਰਵਿੰਤਾ ਦੇ ਨਾਲ ਜਿਹੜਾ ਇਹਦੇ ਵਿੱਚ ਨਿਭਾਏ ਗਏ ਆ ਕਟਨਾਮਾਂ ਦੀ ਬਿਉਂਤ ਬੰਦੀ ਜਿਹੜੀ ਬਹੁਤ ਜਿਹੜੀ ਬਾਕਮਾਲ ਕੀਤੀ ਗਈ ਆ ਜਿੱਥੋਂ ਤੱਕ ਪੰਦ ਨਾਵਲ ਦੇ ਪਲਾਟ ਜਾਂ ਕਥਾਨਕ ਦਾ ਸੰਬੰਧ ਆ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਦਾ ਪਲਾਟ ਜਿਹੜਾ ਹੈ ਉਹ ਇੰਗਲੈਂਡ ਤੇ ਪਾਕਿਸਤਾਨੀ ਲੋਕਾਂ ਦੇ ਜੀਵਨ ਚੋਂ ਲਿਆ ਗਿਆ ਇਸ ਪਲਾਟ ਨੂੰ ਅਸੀਂ ਬੂਮਰਿੰਗ ਪਲਾਟ ਵੀ ਆਖ ਸਕਦੇ ਹਾਂ ਕਿਉਂਕਿ ਨਾਵਲ ਦੇ ਅੰਤ ਵਿੱਚ ਜਿਹੜੀ ਤਾਜ ਮਾਇੂਸ ਹੋ ਕੇ ਅਲੀ ਨੂੰ ਛੱਡ ਜਾਂਦੀ ਆ ਤੇ ਨਾਵਲ ਦੇ ਆਰੰਭ ਵਿੱਚ ਅਲੀ ਤੇ ਤਾਜ ਨਾਲ guzare ਦਿਨਾਂ ਤੇ ਉਸ ਦੀ ਜਿਹੜੀ ਅਲੀ ਜਿਹੜਾ ਤਾਜ ਨਾਲ guzारे ਦਿਨਾਂ ਤੇ ਉਹਦੀ করুণਾਮਈ ਦਸ਼ਾ ਨੂੰ ਯਾਦ ਕਰਦਾ ਜਿਹੜਾ ਫਿਰ ਉਹ ਲੰਡਨ ਵਿੱਚ ਤਾਜ ਨੂੰ ਮਿਲਣ ਲਈ ਜਹਾਜ਼ ਦਾ ਟਿਕਟ ਖਰੀਦਦਾ ਬਖਾਇਆ ਗਿਆ ਇਸ ਨਾਵਲ ਦੀਆਂ ਲਗਭਗ ਸਾਰੀਆਂ ਘਟਨਾਵਾਂ ਕੁਦਰਤੀ ਆ ਕੁਦਰਤੀ ਰੂਪ ਦੇ ਵਿੱਚ ਜਿਹੜਾ ਪਰਵਾਰ ਉਹ ਵਾਪਰਦੀਆਂ ਰਹਿੰਦੀਆਂ ਨਾਵਲ ਦਾ ਆਰੰਭ ਮੱਧ ਤੇ ਸ਼ਿਖਰ ਤੇ ਅੰਤ ਵੀ ਬੜੀ ਪ੍ਰਵੀਨਤਾ ਨਾਲ ਵਸਾਰਿਆ ਗਿਆ ਨਾਵਲ ਦੇ ਪਲਾਟ ਨੂੰ ਨਾਵਲਕਾਰ ਨੇ ਜੇ ਦੇਖਿਆ ਜਾਵੇ ਤਾਂ ਚਾਰ ਭਾਗਾਂ ਵਿੱਚ ਵੰਡਿਆ ਕਿਵੇਂ ਕਿ ਪਹਿਲਾ ਜਿਵੇਂ ਅਲੀ ਤੇ ਤਾ ਅਲੀ ਤਾਜ ਨੂੰ ਮਿਲਦਾ ਦੂਜਾ ਅਲੀ ਦੇ ਹੋਟਲ ਦੇ ਪ੍ਰਬੰਧਕ ਤੇ ਕਰਮਚਾਰੀਆਂ ਜਿਹੜਾ ਕਰਮਚਾਰਨਾਂ ਦਾ ਉਹਨਾਂ ਦਾ ਆਪਸੀ ਸੰਬੰਧ ਆ ਤੇ ਅਲੀ ਦਾ ਦੋਸਤਾਂ ਨਾਲ ਜਿਹੜਾ ਮੁਸ਼ਕਲਾਂ ਦੇ ਜਿਹੜੀ ਪ੍ਰਵਾਸੀ ਜੀਵਨ ਦੀਆਂ ਮੁਸ਼ਕਲਾਂ ਉਹਦੇ ਬਾਰੇ ਗੱਲਬਾਤ ਕਰਦਾ ਅਲੀ ਤੇ ਤਾਜ ਨੂੰ ਅਹਿਮਦ ਬਾਰੇ ਪੁੱਛਦਾ ਉਹਨਾਂ ਦੇ ਸਬੰਧਾਂ ਦੇ ਟਿਕਣ ਬਾਰੇ ਪੁੱਛਦਾ ਤੇ ਐਸੇ ਤਰ੍ਹਾਂ ਜਿਹੜਾ ਹੈ ਅ ਜਿਹੜਾ ਫਲੈਸ਼ਬੈਕ ਕਹਾਣੀ ਤੇ ਲੋਕ ਕਹਾਣੀ ਦੇ ਮਿਆਰਾਂ ਦੀ ਵਰਤੋਂ ਕੀਤੀ ਗਈ ਹੈ ਇਹਦੇ ਵਿੱਚ ਸੁਪਨਾ ਤਕਨੀਕ ਨੂੰ ਵੀ ਵਰਤਿਆ ਗਿਆ ਅ ਪਾਤਰਾਂ ਦੀ ਮਨਾਂ ਉਹ ਦਸ਼ਾ ਦਾ ਚਿਹਰਾ ਚਿੱਤਰਣ ਕੀਤਾ ਗਿਆ ਤੇ ਸੰਵਾਦ ਦੇ ਨਾਲ ਕਿਸ ਤਰ੍ਹਾਂ ਪਲਾਟ ਨੂੰ ਸਾਰਿਆ ਗਿਆ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਇਸ ਨਾਵਲ ਦੀ ਉਤਸਕਤਾ ਅ ਇਸ ਨਾਵਲ ਦੀ ਰੋਚਕਤਾ ਨੂੰ ਵਧਾਉਂਦੀਆਂ ਪਾਠਕ ਨੂੰ ਲੱਗਦਾ ਕਿ ਕਹਾਣੀ ਪੜਾਵਾਰ ਇਸ ਤਰ੍ਹਾਂ ਵਾਪਰਦੀ ਹੈ ਕਿ ਉਸ ਨੂੰ ਲੱਗਦਾ ਕਿ ਜਦੋਂ ਇੱਕ ਬੈਠਕ ਦੇ ਵਿੱਚ ਹੀ ਨਾਵਲ ਨੂੰ ਪੜ ਲਿਆ ਜਾਵੇ। ਪੰਨ ਇਸ ਤਰ੍ਹਾਂ ਪੰਨ ਨਾਵਲ ਦੇ ਜਿਹੜੇ ਸਮੁੱਚੇ ਅਧਿਐਨ ਤੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਨਾਵਲ ਦੇ ਵਿੱਚ ਨਾਇਕ ਅਲੀ ਆ ਤੇ ਮੁੱਖ ਇਸਤਰੀ ਪਾਤਰ ਜਿਹੜੀ ਤਾਜ ਹੈ ਇਸ ਤੋਂ ਇਲਾਵਾ ਅੱਠ ਕੋ ਹੋਰ ਪਾਤਰ ਹਨ ਜੇ ਅਸੀਂ ਪਾਤਰਾਂ ਬਾਰੇ ਗੱਲ ਕਰੀਏ ਤਾਂ ਕੁਝ ਪਾਤਰ ਜਿਹੜੇ ਨਾਵਲ ਦੇ ਕੈਨਵਸ ਤੇ ਘਟ ਆਉਂਦੇ ਆ ਪਰ ਉਹਨਾਂ ਦਾ ਉਲੇਖ ਵੀ ਹੁੰਦਾ ਜਿਵੇਂ ਇਹ ਇਸ ਨਾਬਲ ਦੇ ਵਿੱਚ ਤਾਜ ਦੇ ਮਾਤਾ ਪਿਤਾ ਦੀ ਗੱਲ ਹੁੰਦੀ ਆ। ਐਸੀ ਤਰ੍ਹਾਂ ਨਾਬਲ ਕਰਨੇ ਬਦੇਰੇ ਪਾਤਰ ਜਿਹੜੇ ਇੰਗਲੈਂਡ ਵਿੱਚ ਪ੍ਰਵਾਸੀ ਜੀਵਨ ਹੰਡਾਰੇ ਆ ਪਰੰਤੂ ਪਾਕਿਸਤਾਨ ਦੇ ਰਹਿਣ ਵਾਲੇ ਲੋਕ ਆ। ਉਹਨਾਂ ਚੋਂ ਲਏ ਆ। ਅ ਜੇ ਇਹਨਾਂ ਦੀ ਕਿਸਮ ਦੀ ਗੱਲ ਕਰੀਏ ਤਾਂ ਅਲੀ ਦੇ ਜਿਹੜੇ ਦੋਸਤ ਪਾਤਰ ਹੈਗੇ ਆ ਉਹ ਚਪਟੇ ਪਾਤਰ ਆ ਜਿਹੜੇ ਕਿ ਬਦਲਦੇ ਨਹੀਂ ਤੇ ਤਾਜ ਹੈ ਜਾਂ ਅਹਿਮਦ ਹੈ ਅਹਿਮਤ ਹੈ ਉਹ ਜਿਹੜੇ ਗੋਲ ਪਾਤਰ ਹੋ ਨਿਪਟਦੇ ਆ ਇਹ ਪਾਤਰ ਜਿਹੜੇ ਹੈਗੇ ਆ ਕਿ ਸਮੇਂ ਦੇ ਨਾਲ ਬਦਲਦੇ ਆ ਤਾਜ ਔਰ ਅਹਿਮਤ ਤੇ ਅਲੀ ਉਸਦੇ ਦੋਸਤ ਹਰਨਾਮ ਸਿੰਘ ਆ ਜਿਹੜੇ ਹੈਗੇ ਆ ਉਹ ਇੰਗਲੈਂਡ ਵਿੱਚ ਵਿਚਰਦੇ ਹੋਏ ਵੀ ਉਹਨਾਂ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਆ ਜਿਹੜੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਆ ਪਾਤਰਾਂ ਦੇ ਚਰਿੱਤਰ ਚਿੱਤਰਣ ਦੇ ਕਰਨ ਜਦੋਂ ਕਰ ਰਿਹਾ ਨਾਵਲਕਾਰ ਤਾਂ ਉਹਨਾਂ ਨੇ ਜਿਹੜੀਆਂ ᔪਕਤਾਂ ਦਾ ਪ੍ਰਯੋਗ ਕੀਤਾ ਉਹਨਾਂ ਦੇ ਵਿੱਚੋਂ ਜਿਹੜਾ ਜਿਵੇਂ ਘਟਨਾ ਦੁਆਰਾ ਫਲੈਸ਼ਬੈਕ ਵਿਧੀ ਵਰਤੀ ਆ ਪਾਤਰਾਂ ਦੇ ਸੰਵਾਦਾਂ ਰਾਹੀਂ ਪਾਤਰਾਂ ਦੀ ਜਿਹੜੀ ਸ਼ਖਸੀਅਤ ਉਗਾੜੀ ਆ ਪਾਤਰਾਂ ਦੀ ਆਪਸੀ ਗੱਲਬਾਤ ਰਾਹੀਂ ਪਾਤਰਾਂ ਦੀ ਮਨੋਦਿਸ਼ਾਰਾਹੀਂ ਇਹ ਵਿਧੀਆਂ ਜਿਹੜੀਆਂ ਹੈ ਉਹ ਪਾਤਰਾਂ ਦਾ ਜਿਹੜਾ ਚਰਿੱਤਰ ਚਿੱਤਰਣ ਕਰਨ ਲੱਗਿਆ ਉਹਨਾਂ ਨੇ ਵਰਤੀਆਂ ਬਾਰਤਾਲਾਪ ਤੇ ਬੋਲੀ ਜਿਹੜਾ ਹੈਗਾ ਉਹ ਨਾਵਲ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਕਿਉਂਕਿ ਬਾਰਤਾਲਾਪ ਦੇ ਨਾਲ ਵੀ ਪਾਤਰਾਂ ਦੀ ਸ਼ਖਸੀਅਤ ਉੱਗੜਦੀ ਆ ਤੇ ਵਿਸ਼ਾ ਜਿਹੜਾ ਹੈ ਉਹ ਨਿਖਰਦਾ ਤਾਂ ਇਸ ਨਾਵਲ ਦੀ ਨੂੰ ਬਾਰਤਾਲਾਪ ਦੀ ਕਸਵੱਟੀ ਤੇ ਜਦੋਂ ਵਿਸ਼ਲੇਸ਼ਣ ਕਰਦੇ ਆ ਤਾਂ ਪਤਾ ਲੱਗਦਾ ਕਿ ਇਹਦੀ ਬਾਰਤਾਲਾਪ ਬਹੁਤ ਜੜੀ ਹੈਗੀ ਆ ਸਹੀ ਹੈ ਆਪ ਦਾ ਕਾਰਜ ਨਿਭਾਉਂਦੀ ਆ ਤੇ ਪਾਤਰ ਸਾਰੀ ਵਿੱਚ ਮਦਦਗਾਰ ਆ ਪਾਤਰਾਂ ਦੀ ਮਨੋਦਸ਼ਾ ਵੀ ਪ੍ਰਗਟਾਉਂਦੀ ਆ ਵਿਸ਼ੇ ਨੂੰ ਵੀ ਉਗਾੜਦੀ ਆ ਤੇ ਕਈ ਵਾਰ ਵਾਤਾਵਰਨ ਵੀ ਸਿਰਜਦੀ ਆ ਜਿਵੇਂ ਇੱਕ 69 ਨੰਬਰ ਪੇਜ ਦੇ ਉੱਪਰ ਸਫੇ ਦੇ ਉੱਪਰ ਜਿਵੇਂ ਬਾਰਤਲਾਪ ਹੈ ਕਿ ਬਹੀਦ ਤੂੰ ਬਿਲਕੁਲ ਠੀਕ ਆਖਦਾ ਈ ਅਲੀ ਅਲੀ ਦੀ ਬਾਰਤਲਾਪ ਹੈ ਕਿ ਪਰ ਗਲਤ ਹੈ ਤੇ ਇਹ ਹੈ ਕਿ ਅਸੀਂ ਵਤਨ ਬੈਠੇ ਹੋਏ ਵੀ ਆਪਣੇ ਆਪ ਨੂੰ ਪੱਛਮੀ ਸਭਿਆਤਾ ਦੇ ਹਮਲਿਆਂ ਤੋਂ ਮਹਿਫੂਜ਼ ਨਹੀਂ ਰੱਖ ਸਕਦੇ ਸਾਡੀ ਨਵੀਂ نسل ਬਹੁਤ ਪੱਛਮੀ ਹੈ ਬਹਰ ਹਾਲ ਅਸੀਂ ਆਪਣੀ شناخت ਤੇ ਆਪਣੀ ਹਿਅਤੀ ਲਈ ਲੜ ਰਹੇ ਹਾਂ ਤੁਸੀਂ ਲੋਕ ਜਿਹੜੇ ਇੰਗਲਿਸਤਾਨ ਵਿੱਚ ਹੋ ਤੁਸੀਂ ਤੇ ਮਗਰਵੀ ਸਖਾਫਤ ਮਗਰਵੀ ਸਖਾਫਤ ਹੁੰਦੀ ਹੈ ਪੱਛਮੀ ਸਭਿਅਤਾ ਦੇ ਹੜ ਵਿੱਚ ਰੁੱੜਦੇ ਹੋਏ ਕੱਖਾਂ ਵਾਂਗੋ ਤਾਂ ਇਸ वार्तालाप ਤੋਂ ਜਿਹੜਾ ਹੈ ਉਹ ਵਿਸ਼ਾ ਸਪਸ਼ਟ ਹੋ ਰਿਹਾ ਤੇ ਬੋਲੀ ਜਿਹੜੀ ਹੈ ਜਿੱਥੋਂ ਤੱਕ ਬੋਲੀ ਦਾ ਸਵਾਲ ਆ ਇਹਦੇ ਵਿੱਚ ਉਰਦੂ ਜਿਹੜੀ ਮਿਸ਼ਰਤ ਹੈਗੀ ਆ ਪਾਕਿਸਤਾਨੀ ਬੋਲੀ ਦੇ ਵਿੱਚ ਉਰਦੂ ਬੋਲੀ ਦੀ ਦਾ ਮਿਕਸਚਰ ਹੈਗਾ ਤੇ ਨਾਵਲਕਾਰ ਨੂੰ ਪੂਰੀ ਮੁਹਾਰਤ ਹੈ ਇਸ ਬੋਲੀ ਦੇ ਉੱਪਰ حاصل ਪ੍ਰਤੀਕਾਤਮਕ ਸ਼ਬਦ ਵਰਤੇ ਗਏ ਆ ਜਿਹੜੇ ਜਿਵੇਂ ਇਕਾ ਦੁੱਕਾ ਬੁੱਢੇ ਸ਼ਾ ਜਾਂ ਕਾਲੇ ਅੰਗਰੇਜ਼ ਇਹ ਇਹ ਜਿਹੜੇ ਸ਼ਬਦ ਹੈ ਬਿਲਕੁਲ ਕਹਾਣੀ ਦੇ ਉੱਪਰ ਸਹੀ ਟੁਕਦੇ ਆ ਸ਼ੈਲੀ ਪੱਖੋਂ ਬਹੁਤ ਜਿਹੜਾ ਉੱਚ ਪੱਈ ਦਾ ਨਾਵਲ ਹੈ ਕਿ ਜਦੋਂ ਅਸੀਂ ਇਸ ਦਾ ਅਧਿਐਨ ਕਰਦੇ ਹਾਂ ਸਾਨੂੰ ਪਤਾ ਲੱਗਦਾ ਕਿ ਨਾਵਲ ਕਰਨੇ ਦ੍ਰਿਸ਼ ਸ਼ੈਲੀ ਦੀ ਵਰਤੋਂ ਵੀ ਕੀਤੀ ਹੋਈ ਆ ਬਿਆਨੀਆਂ ਸ਼ੈਲੀ ਦੀ ਵਰਤੋਂ ਕੀਤੀ ਹੋਈ ਆ ਫਲੈਸ਼ਬੈਕ ਜਿਹੜੀ ਸ਼ੈਲੀ ਹੈ ਉਹਦੀ ਵੀ ਵਰਤੋਂ ਕੀਤੀ ਹੋਈ ਆ ਦੇਸ਼ਕਾਲ ਵਾਤਾਵਰਣ ਇਸ ਨਾਵਲ ਦਾ ਜਿਹੜਾ ਬਹੁਤ ਠੁਕਮਾ ਕਿਉਂਕਿ ਜਿਹੜਾ ਜਿਹੜਾ ਸਮਾਂ ਹੈਗਾ ਵਰਨਤ ਸਮਾਂ ਇਸ ਨਾਵਲ ਦੇ ਵਿੱਚ ਉਹ ਵਰਤਮਾਨ ਦਾ ਸਮਾਂ ਤੇ ਨਾਵਲਕਾਰ ਨੇ ਜਿਹੜਾ ਕੁਝ ਸਥਲਾਂ ਤੇ ਤੇ ਦ੍ਰਿਸ਼ਾਂ ਦਾ ਚਿੱਤਰਣ ਜਿਹੜਾ ਹੈ ਉਹ ਕੀਤਾ ਉਹ ਜਿਹੜਾ ਵਰਤਮਾਨ ਸਮੇਂ ਦਾ ਜਿਵੇਂ ਨਾਵਲ ਦੇ ਪਹਿਲੇ ਅੱਧ ਵਿੱਚ ਲੇਖਕ ਜਦੋਂ ਲੰਡਨ ਦੇ ਹਾਈਡ ਪਾਰਕ ਦੇ ਦ੍ਰਿਸ਼ ਨੂੰ ਆਪਣੇ ਨਾਵਲ ਦੇ ਕੈਨਵਸ ਤੇ ਉਤਾਰਦਾ ਤਾਂ ਕਿਤੇ ਕਿਤੇ ਜਿਵੇਂ ਡਾਇਲੌਗ ਆ ਕਿਤੇ ਕਿਤੇ ਕੋਈ ਬੁੱਢੀ ਮੇਮ ਜੱਤ ਵਾਲੇ ਨਿੱਕੇ ਨਿੱਕੇ ਕੁੱਤਿਆਂ ਦੀਆਂ ਡੋਰਾਂ ਫੜੀ ਹੌਲੀ ਹੌਲੀ ਪਾਰਕ ਸੀਟ ਦੀ ਕੁੱਤਿਆਂ ਦੇ ਮਗਰਮਗਰ ਹੋ ਰਹੀ ਸੀ ਕਿਤੇ ਕਿਤੇ ਨਿੱਕੇ ਨਿੱਕੇ ਬੱਚੇ ਦੌੜੇ ਫਿਰਦੇ ਤੇ ਕੋਈ ਇੱਕ ਅੱਧ ਜਵਾਨ ਜੋੜਾ ਇੱਕ ਦੂਜੇ ਦੁਆਲੇ ਬਾਹਾਂ ਬਲੇਟੇ ਇੱਕ ਦੂਜੇ ਦੇ ਉਲਰੇ ਝੁਕੇ ਹੌਲੀ ਹੌਲੀ ਗੱਲਾਂ ਕਰਦੇ ਇੱਧਰ ਉੱਧਰ ਤੁਰਦੇ ਫਿਰਦੇ ਤਾਂ ਇਸ ਤਰ੍ਹਾਂ ਜਿਹੜਾ ਦ੍ਰਿਸ਼ਾਂ ਦਾ ਚਿੱਤਰਣ ਕੀਤਾ ਗਿਆ ਕুইਨਸ ਹੋਟਲ ਦਾ ਦ੍ਰਿਸ਼ ਚਿੱਤਰਣ ਕੀਤਾ ਗਿਆ ਤਾਂ ਇਹ ਨਾਵਲ ਸਮੁੱਚੇ ਤੌਰ ਤੇ ਜਿਹੜਾ ਹੈ ਇੱਕ ਬਹੁਤ ਹੀ ਸਫਲ ਨਾਵਲ ਹੈ ਆਪਦੇ ਮੰਤਵ ਦੇ ਵਿੱਚ ਜਿਹੜਾ ਪੂਰਾ ਉੱਤਰ ਰਿਹਾ ਜਿਹੜਾ ਨਾਵਲਕਾਰ ਦੇ ਨਾਵਲ ਦੇ ਜੇ ਅਸੀਂ ਸਰਲੇਖ ਦੀ ਗੱਲ ਕਰੀਏ ਤਾਂ ਸਰਲੇਖ ਦਾ ਜਿਹੜਾ ਸਥਾਨ ਹੈ ਨਾਵਲ ਦੇ ਵਿੱਚ ਉਹ ਹੁੰਦਾ ਜਿਵੇਂ ਡਿਊਟੀ ਦਾ ਹੁੰਦਾ ਕਿ ਅਸੀਂ ਜਿਵੇਂ ਡਿਊਟੀ ਲੰਘ ਕੇ ਇੱਕ ਘਰ ਦੇ ਵਿੱਚ ਜਾਈਏ ਤਾਂ ਉਹ ਪੰਧ ਜਿਹੜਾ ਸਰਲੇਖ ਹੈ ਉਹ ਬਿਲਕੁਲ ਟੁਕਮਾ ਹੈ ਕਟਨਾਮਾ ਨੂੰ ਦੇਖ ਕੇ ਪਾਤਰਾਂ ਨੂੰ ਦੇਖ ਕੇ ਵਿਸ਼ੇ ਨੂੰ ਦੇਖ ਕੇ ਤਾਂ ਸਰਲੇਖ ਇਸ ਦਾ ਬਿਲਕੁਲ ਟੁਕਨਾ ਟੁਕਮਾ ਹੈਗਾ ਕਿਉਂਕਿ ਪੰਧ ਜਿਹੜਾ ਹੈ ਉਹ ਜ਼ਿੰਦਗੀ ਦੇ ਪੰਧ ਨੂੰ ਦਰਸਾ ਰਿਹਾ ਤਾਂ ਇਸ ਨਾਵਲ ਦੇ ਵਿੱਚ ਜਿਹੜਾ ਹੈਗਾ ਪਾਤਰ ਜਿਹੜੇ ਹੈਗੇ ਜਿੰਨੇ ਵੀ ਆ ਅਲੀ ਹੈ ਤਾਜ ਹੈ ਉਤੇ ਦੋਸਤ ਹਨ ਉਹ ਵੱਖਰੇ ਵੱਖਰੇ ਪੰਧਾਂ ਤੇ ਤੁਰ ਕੇ ਨਾਵਲ ਦੀਆਂ ਘਟਨਾਵਾਂ ਤੱਕ ਪੁੱਜਦੇ ਆ ਤੇ ਫਿਰ ਉਸ ਤੋਂ ਬਾਅਦ ਆਓ ਆਪਣੇ ਵੱਖ-ਵੱਖ ਪੰਧ ਅਪਣਾਉਂਦੇ ਆ ਇੱਕ ਜਗ੍ਹਾ ਤੇ ਪਹੁੰਚ ਕੇ ਜਿਵੇਂ ਉਦਾਹਰਨ ਦੇ ਲਈ ਦੇਖੀਏ ਤਾਂ ਅਲੀ ਦਾ ਪੰਧ ਜਿਹੜਾ ਹੈ ਉਹ ਇੱਕ ਆਦਰਸ਼ਵਾਦੀ ਪੰਧੀ ਵਰਗਾ ਉਹ ਕੀ ਹੈ ਕਿ ਉਹ ਆਪਣੀ ਬੋਲੀ ਵਤਨ ਸੱਭਿਆਚਾਰ ਨੂੰ ਪਿਆਰ ਕਰਦਾ ਤੇ ਤਾਜ ਨੂੰ ਤੇ ਹੋਰਨਾਂ ਨੂੰ ਵੀ ਪ੍ਰੇਰਦਾ ਇਸ ਚੀਜ਼ ਦੇ ਲਈ ਪ੍ਰੰਤੂ ਤਾਜ ਜਿਹੜੀ ਹੈ ਉਹ ਅਲੱਗ ਪੰਦੀ ਆ ਅਲੱਗ ਰਸਤੇ ਦੀ ਪੰਦੀ ਆ ਉਹ ਪੱਛਮੀ ਸੱਭਿਆਚਾਰ ਵਿੱਚ ਰੰਗੀ ਜਾ ਚੁੱਕੀ ਆ ਤੇ ਅੱਗੋਂ ਵੀ ਉਸੇ ਪੰਧ ਤੇ ਤੁਰਨ ਦੀ ਇੱਛੁਕ ਆ ਇਸੇ ਪ੍ਰਕਾਰ ਹੀ ਅਲੀ ਦੇ ਕੁਝ ਦੋਸਤ ਆ ਜਿਹੜੇ ਵੱਖਰੇ ਪੰਧ ਹੀ ਆ ਵੱਖਰੇ ਰਸਤਿਆਂ ਦੇ ਪੰਧ ਹੀ ਆ ਉਹਨਾਂ ਦੇ ਅਨੁਸਾਰ ਪਾਕਿਸਤਾਨ ਦੇ ਵਿੱਚ ਸੁਧਾਰ ਜਿਹੜਾ ਹੈ ਉਹ ਲੀਡਰਾਂ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਸੁਧਾਰ ਦੇ ਲਈ ਨੌਜਵਾਨਾਂ ਨੂੰ ਆਪ ਵੀ ਕਦਮ ਚੁੱਕਣੇ ਚਾਹੀਦੇ ਆ ਇਸ ਤਰ੍ਹਾਂ ਜਿਹੜਾ ਹੈ ਅਸੀਂ ਸਮੁੱਚੇ ਵਿਚਾਰ ਬਟਾਂਦਰੇ ਤੋਂ ਬਾਅਦ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਨਾਵਲ ਦੇ ਤੱਤਾਂ ਉੱਤੇ ਇਸ ਨਾਵਲ ਨੂੰ ਜਿਹੜਾ ਟੁਕਾਇਆ ਪਤਾ ਲੱਗਦਾ ਕਿ ਨਾਵਲ ਕਾਫੀ ਹੱਦ ਤੱਕ ਨਹੀਂ ਮੈਂ ਸਮਝਦੀ ਹਾਂ ਕਿ ਆਪਣੀ ਜਿਹੜਾ ਮਕਸਦ ਦੇ ਵਿੱਚ ਆਪਦੇ ਮਨੋਰਥ ਦੇ ਵਿੱਚ ਆਪਦੇ ਮੰਤਤ ਦੇ ਵਿੱਚ ਬਿਲਕੁਲ ਸਫਲ ਹੋਇਆ ਇਹਨੇ ਆਪਣਾ ਟੀਚਾ ਜਿਹੜਾ ਹੈ ਉਹਦੀ ਪ੍ਰਾਪਤੀ ਕੀਤੀ ਆ ਸੋ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਨਾਵਲ ਦੇ ਜਿਹੜੀ ਸਮੁੱਚੀ ਜਿਹੜਾ ਉਹਦਾ ਵਿਸ਼ਲੇਸ਼ਨਾਤਮਕ ਅਧਿਐਨ ਬਾਰੇ ਜਾਣ ਪਾਈ ਹੋਵਗੇ ਤੇ ਇਹਦੇ ਵਿੱਚ ਤੁਸੀਂ ਆਪ ਦੇ ਅਨੁਭਵ ਨੂੰ ਵੀ ਬਿਆਨ ਕਰ ਸਕਦੇ ਹੋ ਖੁੱਲੀਆਂ ਸੰਭਾਵਨਾਵਾਂ ਹੈਗੀਆਂ ਤੇ ਇਸ ਦੇ ਨਾਲ ਹੀ ਜਿਹੜਾ ਹੈ ਮੈਂ ਤੁਹਾਡੇ ਤੋਂ ਵਿਦਾ ਲੈਣੀ ਆ ਧੰਨਵਾਦ ਬੱਸ ਜੀ ਦਾ ਰਾਮਪੁਰਾ ਤੋਂ ਚੱਲ ਪਏ ਹੁਣ ਆਪਾਂ ਉਹਨੂੰ ਬੁਲਾ ਲੀਏ ਹਨਾ ਰਾਮਪੁਰਾ ਤੋਂ ਚੱਲ ਪਏ ਨਾ ਹੁਣ ਫੇਰ